ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 1563 ਈਸਵੀ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ਗੋਬਿੰਦਵਾਲ ਜ਼ਿਲ੍ਹਾ ਤਰਨ ਤਾਰਨ ਵਿਖੇ ਹੋਇਆ। ਸੂਰਤ ਸੰਭਾਲਣ ਤੋਂ ਹੀ ਆਪ ਨੇ ਪਿਤਾ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਪਿਤਾ ਕਰਕੇ ਨਹੀਂ ਬਲਕਿ ਗੁਰੂ ਰੂਪ ਜਾਣ ਕੇ ਉਹਨਾਂ ਦੀ ਹਰ ਆਗਿਆ ਦਾ ਪਾਲਣ ਕੀਤਾ। ਸ਼੍ਰੀ ਗੁਰੂ ਰਾਮਦਾਸ ਜੀ ਦੇ ਤਿੰਨ ਸਪੁੱਤਰ ਸਨ, ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਜੀ, ਬਾਬਾ ਅਰਜਨ ਜੀ। ਸ਼੍ਰੀ ਗੁਰੂ ਅਮਰਦਾਸ ਜੀ ਨੇ ਬਾਲ ਅਵਸਥਾ ਵਿੱਚ ਹੀ ਆਪ ਜੀ ਨੂੰ ਦੋਤਾ ਬਾਣੀ ਕਾ ਬੋਤਾ ਹੋਣ ਦਾ ਵਰ ਦੇ ਦਿੱਤਾ ਸੀ। ਬਾਲ ਅਵਸਥਾ ਆਪ ਜੀ ਨੇ ਗੋਬਿੰਦਵਾਲ ਸਾਹਿਬ ਵਿਖੇ ਹੀ ਗੁਜ਼ਾਰੀ ਸੀ। ਪ੍ਰਿਥੀ ਚੰਦ ਦੀ ਨੀਅਤ ਸ਼ੁਰੂ ਤੋਂ ਹੀ ਗੁਰੂ ਗੱਦੀ 'ਤੇ ਸੀ। ਪ੍ਰਿਥੀ ਚੰਦ ਨੇ ਗੁਰੂ ਸਾਹਿਬ ਜੀ ਕੋਲ ਆਉਣ ਵਾਲੀ ਕਾਰ ਭੇਟ ਅਤੇ ਲੰਗਰ ਦਾ ਪ੍ਰਬੰਧ ਆਪਣੇ ਕੋਲ ਰੱਖਿਆ ਸੀ। ਸ਼੍ਰੀ ਗੁਰੂ ਰਾਮਦਾਸ ਜੀ ਦੇ ਤਾਏ ਦੇ ਪੁੱਤ ਭਰਾ ਸ਼੍ਰੀ ਸਹਾਰੀ ਮੱਲ ਨੇ ਗੁਰੂ ਸਾਹਿਬ ਜੀ ਨੂੰ ਉਸਦੇ ਪੁੱਤ ਦੇ ਵਿਆਹ 'ਤੇ ਲਾਹੌਰ ਆਉਣ ਲਈ ਸੱਦਾ ਦਿੱਤਾ। ਗੁਰੂ ਸਾਹਿਬ ਜੀ ਉਸ ਸਮੇਂ ਉਸਾਰੀ ਦੇ ਕੰਮਾਂ ਵਿੱਚ ਰੁੱਝੇ ਹੋਏ ਸਨ, ਸੋ ਉਹਨਾਂ ਨੇ ਪ੍ਰਿਥੀ ਚੰਦ ਨੂੰ ਜਾਣ ਲਈ ਕਿਹਾ, ਪਰੰਤੂ ਉਹ ਮਾਇਕ ਪ੍ਰਬੰਧ ਛੱਡ ਕੇ ਜਾਣਾ ਲਈ ਦਿਲੋਂ ਚਾਹਵਾਨ ਨਹੀਂ ਸੀ, ਸੋ ਉਸਨੇ ਨਾ ਕਰ ਦਿੱਤੀ। ਮਸੰਦਾ ਵਿੱਚ ਵੀ ਉਸਦਾ ਚੰਗਾ ਅਸਰ ਰਸੂਖ ਸੀ। ਫਿਰ ਗੁਰੂ ਸਾਹਿਬ ਜੀ ਨੇ ਮਹਾਦੇਵ ਨੂੰ ਜਾਣ ਲਈ ਕਿਹਾ, ਪਰੰਤੂ ਉਹ ਬਿਰਕਤ ਹੋਣ ਕਾਰਨ ਜਾ ਨਾ ਕਰ ਸਕਿਆ। ਜਦੋਂ ਗੁਰੂ ਸਾਹਿਬ ਜੀ ਨੇ ਆਪਣੇ ਛੋਟੇ ਪੁੱਤਰ ਅਰਜਨ ਨੂੰ ਜਾਣ ਦਾ ਹੁਕਮ ਕੀਤਾ ਤਾਂ ਉਹ ਆਪ ਗੁਰੂ ਹੁਕਮ ਮੰਨ ਕੇ ਲਾਹੌਰ ਚਲੇ ਗਏ। ਸ਼੍ਰੀ ਗੁਰੂ ਰਾਮਦਾਸ ਜੀ ਨੇ ਨਾਲ ਇਹ ਵੀ ਕਿਹਾ ਕਿ ਉੱਥੇ ਆਪ ਸਿੱਖੀ ਦਾ ਪ੍ਰਚਾਰ ਕਰੋ ਅਤੇ ਜਦੋਂ ਤੱਕ ਅਸੀਂ ਨਾ ਬੁਲਾਈਏ ਤੁਸਾਂ ਨਹੀਂ ਆਉਣਾ। ਕਾਫ਼ੀ ਦਿਨ ਗੁਜ਼ਰਨ ਤੋਂ ਬਾਅਦ ਵੀ ਜਦੋਂ ਸੁਨੇਹਾ ਨਹੀਂ ਆਇਆ ਤਾਂ ਆਪ ਨੇ ਅਰਜ਼ ਲਿਖ ਭੇਜੀ ਕਿ ਸਾਡਾ ਮਨ ਗੁਰੂ ਦਰਸ਼ਨਾਂ ਲਈ ਲੋਚਦਾ ਹੈ, ਪਰ ਗੁਰੂ ਰਾਮਦਾਸ ਜੀ ਵੱਲੋਂ ਕੋਈ ਸੁਨੇਹਾ ਨਹੀਂ ਗਿਆ। ਆਪ ਗੁਰੂ ਹੁਕਮ ਅਨੁਸਾਰ ਵਿਛੋੜਾ ਝੱਲੀ ਗਏ। ਫਿਰ ਆਪ ਜੀ ਨੇ ਦੂਸਰੀ ਅਰਜ਼ ਲਿਖ ਭੇਜੀ ਅਤੇ ਫਿਰ ਤੀਜੀ, ਪਰੰਤੂ ਇਹ ਸਾਰੀਆਂ ਕੋਸ਼ਿਸ਼ਾਂ ਅਸਫਲ ਸਾਬਤ ਹੋਈਆਂ ਕਿਉਂਕਿ ਪ੍ਰਿਥੀ ਚੰਦ ਨੇ ਛੋਟੇ ਭਰਾ ਬਾਬਾ ਅਰਜਨ ਜੀ ਦੀ ਅਰਜ਼ ਗੁਰੂ ਸਾਹਿਬ ਤੱਕ ਪਹੁੰਚਣ ਹੀ ਨਹੀਂ ਦਿੱਤੀ। ਅੰਤ ਆਪ ਜੀ ਨੇ ਚੌਥੀ ਅਰਜ਼ ਲਿਖੀ ਤਾਂ ਏਲਚ ਨੂੰ ਸਖ਼ਤ ਤਾਕੀਦ ਕੀਤੀ ਕਿ ਇਹ ਗੁਰੂ ਸਾਹਿਬ ਜੀ ਨੂੰ ਹੀ ਹੱਥੀ ਦੇਣੀ ਹੈ। ਜਦੋਂ ਗੁਰੂ ਸਾਹਿਬ ਜੀ ਨੇ ਅਰਜ਼ ਪੜ੍ਹੀ ਤਾਂ ਚੌਥੀ ਅਰਜ਼ ਪੜ੍ਹ ਕੇ ਪੁੱਛਿਆ ਕਿ ਪਹਿਲੀਆਂ ਤਿੰਨ ਅਰਜ਼ ਜੋ ਅਰਜਨ ਜੀ ਨੇ ਭੇਜੀਆਂ ਹਨ ਉਹ ਕਿੱਥੇ ਹਨ। ਜਦੋਂ ਗੁਰੂ ਰਾਮਦਾਸ ਜੀ ਨੂੰ ਪਤਾ ਚੱਲਿਆ ਕਿ ਪ੍ਰਿਥੀ ਪਾਸ ਤਿੰਨੇ ਅਰਜ਼ਾਂ ਪਈਆਂ ਹਨ ਤਾਂ ਆਪ ਉਸ ਉੱਪਰ ਬਹੁਤ ਨਾਰਾਜ਼ ਹੋਏ। ਅੰਤ ਗੁਰੂ ਰਾਮਦਾਸ ਜੀ ਨੇ ਪ੍ਰੀਖਿਆ ਪੂਰੀ ਹੋਈ ਸਮਝ ਬਾਬਾ ਬੁੱਢਾ ਜੀ ਨੂੰ ਲਾਹੌਰ ਭੇਜ ਕੇ ਆਪ ਜੀ ਨੂੰ ਸੱਦ ਭੇਜਿਆ। ਸੱਚਖੰਡ ਵਾਪਸੀ ਦਾ ਸਮਾਂ ਨੇੜੇ ਜਾਣ ਸ਼੍ਰੀ ਗੁਰੂ ਰਾਮਦਾਸ ਜੀ ਨੇ 1581 ਈਸਵੀ ਨੂੰ ਗੁਰਤਾ ਦੀ ਕਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪਣ ਦਾ ਫੈਸਲਾ ਕੀਤਾ। ਪ੍ਰਿਥੀ ਚੰਦ ਨੇ ਇਸ ਦਾ ਬਹੁਤ ਵਿਰੋਧ ਕੀਤਾ। ਪ੍ਰਿਥੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਨਾਲ ਝਗੜਾ ਕੀਤਾ। ਇਸ ਦੀ ਗਵਾਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਹੈ। ਸ਼੍ਰੀ ਗੁਰੂ ਰਾਮਦਾਸ ਜੀ ਨੇ ਪ੍ਰਿਥੀ ਦੁਆਰਾ ਕੀਤੀ ਵਿਰੋਧਤਾ ਅਤੇ ਦੁਵੇਸ਼ ਭਾਵਨਾ ਨੂੰ ਮੁੱਖ ਰੱਖਦਿਆਂ ਉਸ ਦਾ ਨਾਮ ਮੀਨਾ ਰੱਖਿਆ ਅਤੇ ਆਗਿਆ ਕੀਤੀ ਕਿ ਉਹ ਸਾਡੇ ਮੱਥੇ ਨਾ ਲੱਗੇ। ਪ੍ਰਿਥੀ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗ ਪਿਆ ਅਤੇ ਸੰਗਤਾਂ ਨੂੰ ਉਚਲਾ ਕੇ ਕਾਰ ਭੇਟਾ ਵਸੂਲ ਲੈਂਦਾ ਅਤੇ ਪ੍ਰਸ਼ਾਦਾ ਛਕਣ ਲਈ ਉਹਨਾਂ ਨੂੰ ਗੁਰੂ ਕੇ ਲੰਗਰ ਭੇਜ ਦਿਆ ਕਰੇ। ਗੁਰੂ ਅਰਜਨ ਸਾਹਿਬ ਜੀ ਨੇ ਇਸ ਵਧੀਕੀ ਨੂੰ ਸ਼ਾਂਤੀ ਨਾਲ ਜਰਿਆ। 1599 ਈਸਵੀ ਵਿੱਚ ਆਪ ਜੀ ਦਾ ਆਨੰਦ ਕਾਰਜ ਪਿੰਡ ਮਊ ਤਹਿਸੀਲ ਫਲੌਰ ਦੇ ਵਸਨੀਕ ਭਾਈ ਸੰਗਤ ਰਾਏ ਜੀ ਦੀ ਸਪੁੱਤਰੀ ਬੀਬਾ ਗੰਗਾ ਜੀ ਨਾਲ ਹੋਇਆ। ਪ੍ਰਿਥੀਏ ਦੀਆਂ ਚਾਲਾਂ ਕਾਰਨ ਗੁਰੂ ਸਾਹਿਬ ਜੀ ਅਤੇ ਮਾਤਾ ਗੰਗਾ ਜੀ ਨੂੰ ਕਈ ਵੇਰ ਭੁੰਨੇ ਛੋਲਿਆਂ ਉੱਤੇ ਗੁਜ਼ਾਰਾ ਕਰਨਾ ਪੈਂਦਾ ਅਤੇ ਕਈ ਵੇਰ ਭੁੱਖੇ ਹੀ ਰਹਿਣਾ ਪੈਂਦਾ। ਕੁਝ ਸਮੇਂ ਉਪਰੰਤ ਜਦੋਂ ਭਾਈ ਗੁਰਦਾਸ ਜੀ ਆਗਰੇ ਤੋਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਆਏ ਤਾਂ ਗੁਰੂ ਕੇ ਲੰਗਰ ਦੀ ਅਜਿਹੀ ਹਾਲਤ ਦੇਖ ਕੇ ਬਹੁਤ ਦੁਖੀ ਹੋਏ। ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਪਿੱਪਲੀ ਸਾਹਿਬ ਦੇ ਸਥਾਨ ਉੱਤੇ ਬੈਠ ਕੇ
उस रस्ते तो आ रही संगतां नूं पृथ्वी दीआं चालां तो सुचेत करन लगे। होर मुखी सिखां नूं भाई गुरदास जी ने थां थां सिख संगतां नूं सुचेत करन लई भेजिया। भाई साहब दे इन्हां जतना सदका जल्दी सिख संगतां पृथ्वी दे चालां तो सुचेत हो गईआं। पृथ्वी दीआं अजिहीआं कोझीआं चालां कारण गुरु साहब जी अपनी रहिश श्री अमृतसर साहब जी तो नज़दीकी पिंड गुरु की बडाली लै गए। इत्थे ही श्री गुरु हरगोबिंद साहब जी का जन्म 1595 ईस्वी नूं बाबा बुढ़ा जी दे बर सदका होया। पृथ्वी ते उसकी पत्नी नूं इसका बहुत दुख होया। पृथ्वी ने बाल हरगोबिंद जी नूं मरवाउण दे बहुत यतन किए पर अकाल पुरख ने उन्हां दी हथ दे के रख्या कीती। गुरु साहिब जी ने पृथ्वी दीआं अजिहीआं कोझीआं चालां दा गुस्सा नहीं किया। पृथ्वी ने अकबर बादशाह दे दरबार विच भी शिकायत की परंतु उत्थों भी उसनूं मूँह दी खाणी पई। फिर उसने बड्डी दे के फौजदार सुलाही खान नाल रल के श्री गुरु अर्जन साहिब जी नूं कैद करन अते गुरगद्दी ते काबज होण दी बेअंत घड़ी। सुलाही खान पृथ्वी दा पट्ठा वेखदे समय घोड़े ते तैरकन कारण भगदे पट्ठे विच डिग पिया ते सड़ के मर गया। पृथ्वी फिर भी अपनियां कोझीआं चालां तों बाज ना आया। इस बार उसने सुलाही खान दे भतीजे सुलभी खान नाल गंढ तुप कर ली। वह ब्यास दरिया कोल रुकिया होया सी कि तनखाह नूं लै के उसका झगड़ा एक शैद नाल हो गया। वह भी शैद हथों मारिया गया। पृथ्वी ने श्री हरिमंदर साहब जी श्री अमृतसर की नकल ते हेहर पिंड लागे ताल ते दरबार बना लिया धरिया जो किसी कारण पूरा ना हो सकया। गुरु साहिब जी द्वारा तरन तारण साहब के स्थान पर कुष्ट आश्रम बनाया तो इसने भी तरन तारण तो 3 मील की विथ ते ताल बना लिया। इस दे नाल ए प्रचार किया कि इस ताल विच नहाते सारे दुख दूर हो जाते हैं। संगतां उस इस समय तक पृथ्वी दीआं कोझीआं चालां तो भली भांत जाणू हो चुकिया सन। श्री गुरु अर्जन साहब जी ने गुरगद्दी ते विराजमान होने दे समय तो ही सारे आरंभिक उसारू कामां नूं संपूर्ण करना आरंभ दिता सी। गुरु साहब जी ने श्री हरिमंदर साहब जी नूं संपूर्ण करवाउण दे नाल नाल श्री संतोखसर साहब की उसारी भी करवाई। मसंद प्रथा तो श्री गुरु रामदास जी वेले स्थापित हो चुकी सी परंतु इस दे नाल ही आपने दसवंध प्रथा की स्थापना भी की। जलंधर के सूबे अजीम खान की बेनती मन के आपने दुआबे विच करतारपुर बसाया। 1595 ईस्वी विच सख्त औड़ लग गई। पानी की बहुतात लई छेहटा वाला खूह लगवाया। श्री अमृतसर नज़दीक गुरद्वारा छेहटा साहब अजे भी इसकी गवाही भरता है। बाल हरगोबिंद जी के जन्म की खुशी विच आप जी ने गोबिंदपुर नगर बसाया जो बाद विच श्री हरगोबिंदपुर के नाम नाल प्रचलित होया। 1597 ईस्वी विच काल पै गया। काल कारण बीमारियां फैल गई। गुरु साहिब जी लाहौर पहुँचे दसवंध दुखियों के दुख बढ़ाने लिए खर्च किया। जदों अकबर बादशाह नूं इस बारे पता लगा तां उसने गुरु साहिब दी सिफारिश ते मामला माफ़ कर दिता। गुरु साहिब जी ने सब तो मुख यतन प्यो दादे दे खजाने भाव गुरु साहिब जी द्वारा रची बाणी अते उन्हां द्वारा एकत्र कीती गई बाणी नूं इकट्ठी कर आदि श्री ग्रंथ साहिब जी नूं श्री नूं संपादन करन दा निर्णय कीता। ये सारी बाणी निरंतर पहले गुरु साहिबान तो लिखित रूप विच अगेरलियां पातशाहियां तक पहुँची। श्री गुरु अमरदास जी ने भी सिख संगतां नूं कच्ची बाणी तो सुचेत कीता सी परंतु श्री गुरु अर्जन साहिब दे समय पृथ्वी ते उसदे पुत्र मेहरबान ने अपनी बाणी रची। उसने गुरु साहिब जी की नकल ते ही शब्द के अंत विच नानक पद की वरतों की अते आरंभ विच नानक दास की वरतों आरंभ
ਕੀਤੀ ਤਾਂ ਜੋ ਸੰਗਤਾਂ ਨੂੰ ਭੁਲੇਖਾ ਪਾ ਸਕੇ। ਸੱਚੀ ਬਾਣੀ ਦੇ ਸੰਪਾਦਨ ਕਾਰਨ ਸੰਪੂਰਨ ਕਰਨ ਲਈ ਗੁਰੂ ਸਾਹਿਬ ਜੀ ਨੇ ਸ਼੍ਰੀ ਰਾਮਸਰ ਸਾਹਿਬ ਦੇ ਰਮਣੀਕ ਸਥਾਨ ਨੂੰ ਚੁਣਿਆ। ਇੱਥੇ ਆਪ ਜੀ ਨੇ ਭਾਈ ਗੁਰਦਾਸ ਜੀ ਨੂੰ ਲਖਾਰੀ ਬਣਾ ਇਸ ਕੰਮ ਨੂੰ ਸੰਪੂਰਨ ਕਰਵਾਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਜ਼ਿਆਦਾ ਬਾਣੀ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਹੈ। ਆਪ ਜੀ ਨੇ ਕੁੱਲ 2218 ਸ਼ਬਦ 30 ਰਾਗਾਂ ਵਿੱਚ ਉਚਾਰੇ। ਆਪ ਜੀ ਦੀ ਰਚੀ ਬਾਣੀ ਵਿੱਚੋਂ ਸ਼੍ਰੀ ਸੁਖਮਨੀ ਸਾਹਿਬ ਇੱਕ ਅਜਿਹੀ ਰਚਨਾ ਹੈ ਜੋ ਬਹੁਤ ਹੀ ਸਰਲ ਭਾਸ਼ਾ ਵਿੱਚ ਰਚੀ ਗਈ ਹੈ। ਇਸ ਬਾਣੀ ਵਿੱਚ ਅਧਿਆਤਮਕ ਪਹੁੰਚ ਨੂੰ ਇਤਨੀ ਸਰਲਤਾ ਅਤੇ ਸਪਸ਼ਟਤਾ ਨਾਲ ਬਿਆਨ ਕੀਤਾ ਗਿਆ ਹੈ ਕਿ ਇੱਕ ਆਮ ਜਗਿਆਸੂ ਵੀ ਇਸ ਤੋਂ ਅਧਿਆਤਮਕ ਮਾਰਗ ਦਾ ਪਾਂਧੀ ਬਣ ਸਕਦਾ ਹੈ। ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ 1604 ਈਸਵੀ ਨੂੰ ਸ਼੍ਰੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਵਾ ਇਸ ਦਾ ਪਹਿਲਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਕਰਵਾਇਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਨਿਯੁਕਤ ਕੀਤਾ। ਜਦੋਂ ਅਜੇ ਆਦਿ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਜਾਰੀ ਸੀ ਤਾਂ ਉਸ ਸਮੇਂ ਗੁਰੂ ਘਰ ਦੇ ਦੋਖੀਆਂ ਨੇ ਅਕਬਰ ਪਾਸ ਸ਼ਿਕਾਇਤ ਕੀਤੀ ਸੀ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਵੱਲੋਂ ਇੱਕ ਅਜਿਹਾ ਗ੍ਰੰਥ ਤਿਆਰ ਕੀਤਾ ਜਾ ਰਿਹਾ ਜਿਸ ਵਿੱਚ ਹਿੰਦੂ ਅਵਤਾਰਾਂ ਅਤੇ ਮੁਸਲਿਮ ਪੈਗੰਬਰਾਂ ਦੇ ਪੀਰਾਂ ਦੀ ਨਿੰਦਿਆ ਕੀਤੀ ਗਈ ਹੈ। ਪਰੰਤੂ ਬਾਦਸ਼ਾਹ ਨੇ ਜਦੋਂ ਖੁਦ ਇਸ ਵਿੱਚੋਂ ਸ਼ਬਦ ਸੁਣੇ ਤਾਂ ਉਹ ਬਹੁਤ ਪ੍ਰਸੰਨ ਹੋਇਆ। ਉਸ ਨੇ ਇਸ ਮਹਾਨ ਗ੍ਰੰਥ ਲਈ ਡੂੰਘੀ ਪ੍ਰਸ਼ੰਸਾ ਦਾ ਪ੍ਰਗਟਾਵਾ ਕੀਤਾ। ਗੁਰੂ ਸਾਹਿਬ ਜੀ ਨੇ ਜ਼ਿਮੀਂਦਾਰਾਂ ਦੀਆਂ ਔਕੜਾਂ ਨੂੰ ਬਾਦਸ਼ਾਹ ਦੇ ਸਾਹਮਣੇ ਰੱਖਿਆ ਜਿਸ ਦੇ ਫਲਸਰੂਪ ਅਕਬਰ ਨੇ ਉਹਨਾਂ ਦੇ ਮਾਮਲੇ ਦਾ ਕੁਝ ਹਿੱਸਾ ਮਾਫ਼ ਕਰ ਦਿੱਤਾ। ਗੁਰੂ ਸਾਹਿਬ ਜੀ ਦੇ ਉਪਦੇਸ਼ ਅਤੇ ਅਧਿਆਤਮਿਕ ਪ੍ਰਵਿਰਤੀ ਦਾ ਅਜਿਹਾ ਮੀਨਾਕਸ਼ੀਤਿਸ਼ੀ ਪ੍ਰਭਾਵ ਸੀ ਕਿ ਜੋ ਵੀ ਆਪ ਦੇ ਦਰਸ਼ਨਾਂ ਲਈ ਆਉਂਦਾ ਬਸ ਆਪ ਦਾ ਹੀ ਮਰੀਦ ਹੋ ਜਾਂਦਾ। ਅਨੇਕਾਂ ਹਿੰਦੂ ਅਤੇ ਮੁਸਲਮਾਨ ਸਿੱਖ ਧਰਮ ਨੂੰ ਸਵੀਕਾਰ ਕਰ ਰਹੇ ਸਨ, ਪਰੰਤੂ ਕੱਟੜਵਾਦੀਆਂ ਨੂੰ ਇਹ ਸਭ ਚੰਗਾ ਨਹੀਂ ਲੱਗ ਰਿਹਾ ਸੀ। ਇਸਲਾਮ ਧਰਮ ਦੀ ਸੂਫੀ ਪੱਧਤੀ ਦਾ ਸੰਬੰਧ ਨਕਸ਼ਬਾਦੀ ਸਿਲਸਿਲੇ ਵਾਲੇ ਇਸ ਨੂੰ ਇਸਲਾਮ ਦੇ ਪਤਨ ਨਾਲ ਤੁਲਨਾ ਕਰ ਰਹੇ ਸਨ। ਕੱਟੜਵਾਦੀ ਬ੍ਰਾਹਮਣ ਸ਼੍ਰੇਣੀ ਅਤਿ ਵਿਰੋਧੀ ਸੀ ਕਿ ਸਿੱਖ ਧਰਮ ਵਰਨ ਵਿਵਸਥਾ ਦੇਵ ਪੂਜਾ ਅਤੇ ਅਵਤਾਰਵਾਦ ਦੀ ਥਾਂ ਸੰਗਤ ਅਤੇ ਪੰਗਤ ਨੂੰ ਸਮਾਜ ਦਾ ਅਟੂਟ ਹਿੱਸਾ ਸਮਝ ਰਹੇ ਸਨ। ਅਕਬਰ ਬਾਦਸ਼ਾਹ 1605 ਈਸਵੀ ਵਿੱਚ ਅੱਲਾ ਨੂੰ ਪਿਆਰਾ ਹੋ ਗਿਆ ਅਤੇ ਉਸਦਾ ਪੁੱਤਰ ਜਹਾਂਗੀਰ ਬਾਦਸ਼ਾਹ ਬਣਿਆ। ਤਖ਼ਤ ਨਸ਼ੀਨ ਹੁੰਦਿਆਂ ਹੀ ਉਸਨੇ ਵਾਅਦਾ ਕੀਤਾ ਕਿ ਉਹ ਹਿੰਦੁਸਤਾਨ ਵਿੱਚ ਇਸਲਾਮ ਨੂੰ ਸਥਾਪਿਤ ਕਰੇਗਾ। ਜਹਾਂਗੀਰ ਦੇ ਪੁੱਤਰ ਖੁਸਰੋ ਦੀ ਬਗਾਵਤ ਸਮੇਂ ਉਸਦੇ ਕੰਨਾਂ ਵਿੱਚ ਇਹ ਪਾਇਆ ਗਿਆ ਕਿ ਗੁਰੂ ਅਰਜਨ ਸਾਹਿਬ ਜੀ ਨੇ ਖੁਸਰੋ ਦੀ ਮਦਦ ਕੀਤੀ ਅਤੇ ਉਸ ਨੂੰ ਕੇਸਰ ਦਾ ਟਿੱਕਾ ਲਗਾਇਆ। ਇਸ 'ਤੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਗਿਆ ਅਤੇ ਬਾਦਸ਼ਾਹ ਦੇ ਸਪੁਰਦ ਕੀਤਾ ਗਿਆ। ਗੁਰੂ ਸਾਹਿਬ ਨੂੰ ਅਨੇਕਾਂ ਤਸੀਹੇ ਦਿੱਤੇ ਗਏ ਜਿਵੇਂ ਤੱਤੀ ਲੋਹ 'ਤੇ ਬਿਠਾ ਕੇ ਉੱਪਰੋਂ ਤੱਤੀ ਰੇਤ ਪਾਈ ਗਈ। ਫਿਰ ਗੁਰੂ ਸਾਹਿਬ ਨੂੰ ਦੇਗ ਵਿੱਚ ਉਬਾਲਿਆ ਗਿਆ ਜਿਸ ਕਾਰਨ ਗੁਰੂ ਸਾਹਿਬ ਜੀ ਦੇ ਪੂਰੇ ਸਰੀਰ 'ਤੇ ਬੜੇ ਬੜੇ ਲਾਲ ਛਾਲੇ ਪੈ ਗਏ। ਜ਼ਾਲਮਾਂ ਨੇ ਗੁਰੂ ਸਾਹਿਬ ਨੂੰ ਹੋਰ ਦੁੱਖ ਦੇਣ ਲਈ ਉਹਨਾਂ ਦੇ ਸਰੀਰ ਨੂੰ ਰਾਵੀ ਦੇ ਠੰਡੇ ਪਾਣੀ ਵਿੱਚ ਸੁੱਟ ਦਿੱਤਾ ਜਿਸ ਕਾਰਨ ਸਰੀਰ ਉੱਪਰ ਪਏ ਲਾਲ ਛਾਲੇ ਫਟ ਗਏ ਅਤੇ ਗੁਰੂ ਸਾਹਿਬ ਜੀ ਸ਼ਹੀਦ ਹੋ ਗਏ। ਸ਼੍ਰੀ ਗੁਰੂ ਅਰਜਨ ਦੇਵ ਜੀ ਸਿੱਖ ਕੌਮ ਦੇ ਪਹਿਲੇ ਗੁਰੂ ਸ਼ਹੀਦ ਹੋ ਗਏ। ਗੁਰੂ ਸ਼ਹੀਦ ਪਰੰਪਰਾ ਦੇ ਮੋਢੀ ਸ਼੍ਰੀ ਗੁਰੂ ਅਰਜਨ ਦੇਵ ਜੀ ਆਪ ਸਨ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਬਾਦਸ਼ਾਹ ਜਹਾਂਗੀਰ ਅਤੇ ਸਿੱਖ ਧਰਮ ਦੇ ਵਿਰੋਧੀਆਂ ਦੇ ਅੱਤਿਆਚਾਰ ਦੇ ਵਿਰੁੱਧ ਇਹ ਮਹਾਰਾਜ ਦੀ ਸ਼ਾਂਤਮਈ ਜਿੱਤ ਸੀ। ਇਹ ਘਟਨਾ 1606 ਈਸਵੀ ਨੂੰ ਲਾਹੌਰ ਸ਼ਹਿਰ ਵਿਖੇ ਵਾਪਰੀ।
ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ। ਅਗਰ ਤੁਸੀਂ ਵੀ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ।